एक सरपंच आता भी असली पुछोड़ा बह के एक भांडे च खादा नहीं खाना भैया साडा पक्या ओना खादा होवे जा ओना दा पक्या करे असि मुसलमान ने खादा होवे और बाकी जेड़ा सी ना इना शरूक सी अज ओना मेरी औलाद दा नहीं मुसलमाना दा भरावा दा नहीं इना शरूक जेड़ी गल होनी बह के जे सिखां दा रौला है ते ओने मुसलमाना नू साडे के फैसला करना ते जे मुसलमाना दा रौला है आखड़ा नंबरदार नू बुला दिओ हीरा शाह नू बुला दिओ फतेह जंग नू बुला दिओ ओ सारी पंचायत रल के ते उत्थे बह के फैसला करना भी आपां लड़ीए ना आपां रल के बहीए फिर नेहरू जवाहर लाल ने आख्या कि मुसलमान अरब नू जाने मुसलमान ने बाबे कैजे आजम ने आख्या साढ़े बढ़ के भी हिंदुआ तो मुसलमान हो गए तो असी तुहाडे कोलों हिस्सा लेना है ये मुसलमाना नू मारन आवे ने असी ये तीन चार मारे ने असी तुहाडे राखे आए हैं जिसे रशी आ रहे वो तो चलो गड्ढे लै चलो समान गोलियां मैं मारागा तो टोटे तुम करने ने जरा गाफला अपन लुटेगा कदे अपना पिंड याद आया पिछला दसो याद मैं हूँ की कह रहे ਤੁਹਾਡਾ ਨਾਂ ਕੀ ਹੈ ਬਾਬਾ ਜੀ ਮੇਰਾ ਨਾਮ ਹੈ ਗੁਰਾਮਰ ਸੋਲ ਠੀਕ ਹੈ ਤੇ ਜਿਸਲੇ ਹਿੰਦੁਸਤਾਨ ਚ ਵਾਪਸੇ ਸਾ ਮੈਨੂੰ ਠੀਕ ਹੈ ਉਸਲੇ ਸਰ ਬੱਚਾ ਅੱਛਾ ਜੀ ਉਸਲੇ ਮੇਰਾ ਨਾਮ ਵੱਜਦਾ ਸੀ ਗੰਮਾ 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 ਅਕੱਲਾ ਗੰਮਾ ਆਵੇ ਸੀ ਠੀਕ ਹੈ ਕਿਉਂ ਬਾਲ ਉਮਰ ਸੀ ਅੱਛਾ ਅੱਛਾ ਜੀ ਜਿਸਲੇ ਉਧਰ ਆਇਆ ਨਾ ਹਾਂ ਤੇ ਕੋਈ 16 ਸਾਲ ਦਾ ਹੋਵਾਂ ਦਾ ਅੱਛਾ 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 ਹਾਂਜੀ ਤੇ ਬਾਬਾ ਜੀ ਪਿਛਲਾ ਪਿੰਡ ਕਿਹੜਾ ਸੀ ਆਪਣਾ ਪਹਿਲੇ ਪਿਛਾ ਪਿਛਾ ਕੇ ਗਿਆ ਜੀ ਕੁੰਦਿਆਲੀ ਠੀਕ ਹੈ ਹਾਂਜੀ ਉਹਨੂੰ ਹੋਰ ਵੀ ਕੋਈ ਨਾਂ ਸੀ ਹੁੰਦਾ ਉਹ ਕੱਚਾ ਕੇ ਛਪੜੀ ਵਾਲਾ ਵੱਜਦਾ ਸੀ ਉਹ ਸਾਡੇ ਬੜਕਿਆਂ ਦੇ ਜਾਣ ਤੋਂ ਪਹਿਲਾਂ ਕਿਹੜੇ ਗੰਦੀ ਛਪੜੀ ਸੀ ਮਾਲ ਦੇ ਪਾਣੀ ਪੀਣੀ ਪੀਣ ਨੂੰ ਅੱਛਾ ਜੀ ਹਾਂਜੀ ਠੀਕ ਹੈ ਉਹ ਬਾਤ ਤੇ ਫਿਰ ਸਭ ਜਿਵੇਂ ਆਹ ਕੁੰਡੇ ਇਸ ਪਿੰਡ ਵਿਚ ਕਿਹੜੀ ਕਿਹੜੀ ਬਰਾਦਰੀਆਂ ਦੇ ਮੁਸਲਮਾਨ ਬੈਠੇ ਸੀ ਇਸੇ ਮੁਸਲਮਾਨ ਰਾਏ ਵੀ ਹੈਗੇ ਸੀ ਹਾਂਜੀ ਤੇ ਇੱਕ ਸਾਡਾ ਘਰ ਸੀ ਵਿਚ ਭੱਠੀਆਂ ਦਾ ਅੱਛਾ ਜੀ ਅਸੀਂ ਸਾਡੇ ਬਾਹ ਭਰੀ ਤਿੰਨ ਭਰਾ ਸੀ ਸਾਡੀ ਆਬਾਦੀ ਸੀ ਵਿੱਚ ਮਾਛੀ ਵੀ ਹੈਗੇ ਸੀ ਇੱਕ ਦੋ ਘਰ ਖਰੜਾਂ ਦੇ ਵੀ ਹੈਗੇ ਸੀ ਮੁਸਲਮਾਨਾਂ ਦੇ ਘਰ ਜ਼ਿਆਦਾ ਸੀ ਹਿੰਦੂਆਂ ਦੇ ਥੋੜ੍ਹੇ ਸੀ ਹਿੰਦੂਆਂ ਦੇ ਚਾਰ ਘਰ ਸੀ ਸਾਰੇ ਠੀਕ ਹੈ ਹਾਂਜੀ ਉਹ ਜਿਹੜੇ ਹਿੰਦੂ ਬੈਠੇ ਸੀ ਇੱਥੇ ਉਹਨਾਂ ਦੇ ਕੋਈ ਨਾਂ ਯਾਦ ਨੇ ਜੀ ਨਾਂ ਯਾਦ ਨੇ ਜੀ ਨੰਬਰਦਾਰ ਦਾ ਨਾਂ ਰੈਲ ਸਿੰਘ ਅੱਛਾ ਅੱਛਾ ਸਿੱਖਾਂ ਦੇ ਘਰ ਸੀ ਸਿੱਖ ਹਾਂ ਨੰਬਰ ਰੈਣ ਸਿੰਘ ਦਾ ਪੁੱਤਰ ਜੰਗੀਰ ਸਿੰਘ ਅੱਛਾ ਜੀ ਹਾਂਜੀ ਠੀਕ ਹੈ ਅੱਗੇ ਆ ਗਿਆ ਜੀ ਹੀਰਾ ਅੱਛਾ ਜੀ ਹੀਰਾ ਸਿਆ ਠੀਕ ਹੈ ਹੀਰਾ ਸਿਆ ਦੇ ਪੁੱਤਰ ਸੀ ਦੋ ਅੱਛਾ ਜੀ ਬਖਤੌਰ ਸਿਆ ਦੇ ਬਗੈਰ ਸਿਆ ਠੀਕ ਹੈ ਹਾਂਜੀ ਅੱਗੇ ਆ ਗਿਆ ਬਲਬੀਰ ਸਿਆ ਉਹ ਸੀ ਦੋ ਭਰਾ ਠੀਕ ਹੈ ਜੈਬ ਸਿਆ ਤੇ ਬਲਬੀਰ ਸਿਆ ਠੀਕ ਹੈ ਫਿਰ ਆ ਗਿਆ ਫਤਿਹ ਜੰਗ ਫਤਿਹ ਜੰਗ ਦੇ ਪੁੱਤਰ ਦੋ ਜਮੇਰ ਸਿਆ ਤੇ
दूजे का नाम पढ़िया कर। ठीक है। हाँ जी, पिंड दियां नंबरदारियां किनियां सी? नंबरदारी इको ही सी। अच्छा। हाँ। वो सिख नंबरदार सी? हाँ। ठीक है। वो नंबरदार इको ही सी, वो फौत हो गया। जब ਕਿਹੜਾ ਨੰਬਰਦਾਰ ਫੌਤ ਹੋ ਗਿਆ ਸੀ? ਨਰੈਣ ਸਿਆਂ। ਨਰੈਣ ਸਿਆਂ, ਉਹਦੀ ਜਗ੍ਹਾ ਤੇ ਫਿਰ ਹੋਰ ਕੌਣ ਨੰਬਰਦਾਰ ਬਣਿਆ? ਹੋਰ ਨੰਬਰਦਾਰ ਫਿਰ ਮੁਸਲਮਾਨ ਬਣਿਆ ਸੀ। ਉਹਦਾ ਕੀ ਨਾਂ ਸੀ ਜੀ? ਉਹਦਾ ਨਾਂ ਦੋਸਤ ਸੀ, ਰਾਧੂ ਦਾ ਸਰਦਾਰ ਸੀ। ਅੱਛਾ। ਰਕਬੇ ਦਾ ਮਾਲਕ ਉਹਨਾਂ ਦੇ ਵਿੱਚੋਂ। ਇਹ ਕਿਹੜੀ ਬਰਾਦਰੀ ਦਾ ਮੁਸਲਮਾਨ ਸੀ? ਹੈਂ? ਮੁਸਲਮਾਨ ਕਿਹੜੀ ਬਰਾਦਰੀ ਦਾ ਸੀ? ਬੱਟੂ ਸੀ। ਬੱਟੂ। ਹਾਂ ਠੀਕ ਹੈ। ਤੇ ਬਾਬਾ ਜੀ ਇਹ ਦੱਸੋ ਵੀ ਇਹਨਾਂ ਸਿੱਖਾਂ ਦੇ ਅਤੇ ਮੁਸਲਮਾਨਾਂ ਦੇ ਆਪਸ 'ਚ ਤਾਲੁਕਾਤ ਠੀਕ ਸੀ? ਇਹਦੇ ਵੇਲੇ ਸਾਡੇ ਜੀ ਇੱਕ ਸਮਝ ਕਰਦਾ ਵੀ ਅਸਲੀ ਪੁੱਛੋ ਨਾ, ਤੇ ਬਹਿ ਕੇ ਇੱਕ ਭਾਂਡੇ 'ਚ ਖਾਧਾ ਨਹੀਂ ਖਾਣਾ, ਵੀ ਜੇ ਸਾਡਾ ਪੱਕਿਆ ਉਹਨਾਂ ਖਾਧਾ ਹੋਵੇ, ਜਾਂ ਉਹਨਾਂ ਦਾ ਪੱਕਿਆ ਘਰੇ ਅਸੀਂ ਮੁਸਲਮਾਨਾਂ ਖਾਧਾ ਹੋਵੇ। ਉਹ ਬਾਕੀ ਜਿਹੜਾ ਸੀ ਨਾ ਇਹਦਾ ਸਲੂਕ ਸੀ, ਅੱਜ ਉਹਦਾ ਮੇਰੀ ਔਲਾਦ ਦਾ ਨਹੀਂ, ਮੁਸਲਮਾਨਾਂ ਦਾ ਭਰਾਵਾਂ ਦਾ ਨਹੀਂ। ਹਾਂ ਜੀ, ਜਿੰਨਾ ਉਹਨਾਂ ਸਿੱਖਾਂ ਦੇ ਮੁਸਲਮਾਨਾਂ ਦਾ ਸੀ, ਮੁਸਲਮਾਨਾਂ ਦਾ ਸ਼ਲੋਕ ਸੀ। ਸਹੀ ਸਹੀ ਸਹੀ। ਹਾਂ ਜੀ। ਚਲੋ ਆਪਾਂ ਗੱਲ ਕਰਨੇ ਆ, ਤੇ ਇਹਨਾਂ ਚੋਂ ਤੁਹਾਡੇ ਹਾਣੀ ਵੀ ਹੈ ਸੀ ਕੋ ਮੁੰਡੇ ਸਿੱਖਾਂ ਦੇ? ਨਹੀਂ ਜੀ, ਉਹ ਉਸ ਵੇਲੇ ਜਿਹੜੇ ਸੀ ਨਾ ਬੱਚੇ, ਉਹ ਬੱਚੇ ਬਿਲਕੁਲ ਨਿੱਕੇ ਨਿੱਕੇ ਸੀ। ਇਹ ਤੁਹਾਨੂੰ ਉਹ ਦੱਸੇ ਨੇ ਜਿਹੜੇ ਕੁੱਤੀ ਵੀ 40-40 ਸਾਲ ਦੇ, 50-50 ਸਾਲ ਦੇ ਉਸ ਵੇਲੇ ਹੈ ਸੀ, 20 ਸਾਲ ਦੇ। ਇਹ ਉਹਨਾਂ ਦਾ ਨਾਂ ਤੁਹਾਡੇ ਅੱਗੇ ਮੈਂ ਬਾਬੀ ਉਦੋਂ ਬੱਚਾ ਹੀ ਸਾ। ਠੀਕ ਹੈ। ਤੁਹਾਡਾ ਹਾਣ ਕੋਈ ਨਹੀਂ ਸੀ ਉਹਨਾਂ ਵਿੱਚੋਂ ਜਿਹਦੇ ਨਾਲ ਤੁਸੀਂ ਰਲ ਕੇ ਖੇਡੇ ਹੋਵੋ? ਨਹੀਂ, ਅਸੀਂ ਕੌਡੀਆਂ ਕੁੰਡੀਆਂ ਗੋਲੀ ਮਾਰ ਰਲ ਕੇ ਚਲਾ ਦੇਣਾ। ਅੱਛਾ। ਅੱਜ ਮਹੀ ਗਾਈ ਠੀਕ ਹੈ। ਬਾਬਾ ਜੀ ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ, ਇਹਦੀ ਤਹਿਸੀਲ ਕਿਹੜੀ ਸੀ? ਇਹ ਤਹਿਸੀਲ ਮੁਕਤਸਰ ਸੀ ਤੇ ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ। ਇਹ ਮੁਕਤਸਰ ਇੱਥੋਂ ਕਿੰਨੀ ਕੁ ਦੂਰ ਸੀ ਜੀ? ਇਹ ਜਿਹੜੇ ਬੱਚਿਆਂ ਦਾ ਪਤਾ ਨਹੀਂ। ਠੀਕ ਠੀਕ। 12 ਗੁਆ ਦੇ ਸੀ ਕਿ 15 ਗੁਆ ਦੇ ਸੀ? ਆਲ ਦੁਆਲੇ ਦੇ ਪਿੰਡ ਕਿਹੜੇ ਸੀ ਇੱਥੇ ਆਲ ਦੁਆਲੇ? ਆਲੇ ਦੁਆਲੇ ਰੱਖੋ ਵਾਲੀ ਬਟੂਆਂ ਦਾ ਪਿੰਡ ਸੀ, ਵੈਦ ਮਾਲਕ ਬੁੱਧੋ ਕਾ ਚੱਕ ਸੀ ਨਵਾਬ ਮਹਿਮੂਦ ਦਾ, ਉਹ ਸਾਰੇ ਠੇਕੇ ਦੇ ਸੀ। ਠੀਕ ਹੈ। ਫਿਰ ਅੱਗੋਂ ਆ ਗਈਆਂ 2-4 ਆ ਗਿਆ ਸੜੀਆਂ ਵੱਜਦੀਆਂ ਸੀ, ਉਹ ਸਭ ਉਹ ਵੀ ਨਵਾਬ ਦੀਆਂ ਸੀ। ਹੈ ਅੱਗੇ ਫਿਰ ਉਦੋਂ ਬਾਅਦ 'ਤੇ ਆ ਗਿਆ ਇਧਰ ਸਮਝ ਗਿਆ ਵੀ ਲਾਧੂ ਕੇ। ਠੀਕ ਹੈ। ਕਿਸੇ ਜ਼ਮਾਨੇ ਦੇ ਵਿੱਚ ਬਲੀ ਲਾਧੂ ਕਾ ਆਏ। ਅੱਛਾ। ਹਾਂਜੀ, ਉਹ ਵੈਦ ਮਾਲਕ ਸੀ, ਆਜ਼ਾਦਾ ਕਮਾਵਾਂ ਦੇ ਮਾਲਕ, ਉਹਨਾਂ ਦੇ ਵਿਚਾਲੇ ਇਹ ਸਾਡਾ ਚੱਕ ਸੀ। ਠੀਕ ਹੈ ਠੀਕ ਹੈ। ਅਤੇ ਬਾਬਾ ਜੀ ਦੱਸੋ ਸਾਨੂੰ, ਹੈਂ ਆਲ ਦੁਆਲੇ ਜਿਹੜੇ ਪਿੰਡ ਸੀ ਸਾਰੇ ਮੁਸਲਮਾਨਾਂ ਦੇ ਸੀ ਜਾਂ ਉਹਦੇ 'ਚ ਵੀ ਰਲਵੀਂ ਆਬਾਦੀ ਸੀ? ਨਹੀਂ, ਉਹ ਜਿਹੜੇ ਸਭ ਜਿਹੜੇ ਸੀ ਨਾ ਮਲਕੀਅਤ ਵਾਲੇ, ਉਹ ਤਾਂ ਸੀ ਮੁਸਲਮਾਨ। ਠੀਕ ਹੈ। ਲਾਧੂ ਕੇ ਸੀ ਅਤੇ ਉਹ ਵੀ ਮੁਸਲਮਾਨ, ਅਤੇ ਜੇ ਬੱਟੂ ਸੀ ਤਾਂ ਉਹ ਵੀ ਮੁਸਲਮਾਨ ਸੀ, ਉਹਨਾਂ ਨਾਲ ਸਾਡੇ ਤਾਲੁਕਾਤ ਇੰਨੇ ਸੀ ਵੀ ਕੋਈ ਬੇਸ਼ੁਮਾਰ। ਠੀਕ ਹੈ। ਹਾਂ, ਸਾਡੇ ਬਟਕਿਆਂ ਦੇ। ਠੀਕ ਹੈ। ਹਾਂ ਜੀ। ਅਤੇ ਬਾਬਾ ਜੀ ਇਹ ਦੱਸੋ ਵੀ ਲੋਕ ਸੌਦਾ ਪੱਤਾ ਲੈਣ ਕਿੱਥੋਂ ਜਾਂਦੇ ਸੀ? ਸੱਤ ਕੋਹ ਜਲਾਲਾਬਾਦ। ਅੱਛਾ। ਨੌ ਕੋਹ ਬੰਗਲਾ, ਬੰਗਲਾ ਫਾਜ਼ਿਲਕਾ। ਬੰਗਲਾ ਫਾਜ਼ਿਲਕਾ। ਅੱਛਾ ਜੀ। ਫਿਰ ਉਦੋਂ ਬਾਅਦ ਹਕੂਮਤ ਨੇ ਸੋਚਿਆ ਵੀ ਇਹ ਕੀ ਇੰਨਾ ਵੱਧ ਗਰੀਬਾਂ ਨੂੰ ਪੈਂਦਾ। ਫਿਰ ਉੱਥੇ ਇੱਕ ਨੀਹ ਸਰਦ 22,000 ਕਮਾਉਂਦਾ ਮਾਲਕ ਬੋਰਲਾ, ਉਹਦੇ ਕੋਲੋਂ ਰਕਬਾ ਲੈ ਕੇ ਜੇ ਗੱਲਾਂ ਮੰਡੀ ਬਣਾਈ, ਇੱਕ ਮੰਡੀ ਲਾਧੂ ਵੀ ਬਣੀ। ਆਹ ਉਦੋਂ ਸਭ ਲੈ ਆਰਫ ਵਾਲੀ ਦੇ ਬੂੜੇ ਵਾਲੀ, ਆਰਫ ਦੇ ਬੂੜਾ ਅਤੇ ਉਕਾੜਾ, ਇਹ ਉਦੋਂ ਇਹ ਉਸ ਜ਼ਮਾਨੇ 'ਚ ਮੰਡੀਆਂ ਬਣੀਆਂ ਨੇ। ਠੀਕ ਹੈ। ਉਦੋਂ ਸਾਡੇ ਆਂਢ ਗੁਆਂਢ ਉਹ 3 ਕੁਆਂ ਦੇ ਲਾਧੂ ਗਏ ਵੀ 3 ਕੁਆਂ ਦੇ, ਅਤੇ ਜਿਹੜੀ ਨਈਏ ਸਰਵਰ ਦਾ ਰਕਬਾ ਸੀ ਉਹ ਵੀ 3 ਕੁਆਂ ਦੇ,
ਉਹ ਇਹਦੇ ਨਾਲ ਜ਼ਿਮੀਂਦਾਰ ਸੌਖੇ ਹੋ ਗਏ ਠੀਕ ਹੈ ਗੱਡਿਆਂ ਭੇਡਿਆਂ 'ਤੇ ਜਾਣਾ ਨਵੀਆਂ ਮੰਡੀਆਂ ਬਣੀਆਂ ਸੀ ਉਦੋਂ ਨਵੀਆਂ ਮੰਡੀਆਂ ਬਣ ਲਾਦੂਕਾ ਤੇ ਸਰਵਰ ਬੋਦਲੇ ਦੀ ਜ਼ਮੀਨ 'ਚ ਦੋ ਮੰਡੀਆਂ ਦੋ ਮੰਡੀਆਂ ਰੋਡਾਂ ਵਾਲੀ ਬਾਈ ਦੀ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਬਾ ਜੀ ਇਹ ਦੱਸੋ ਜਿਹੜੇ ਸਿੱਖ ਸੀ ਉੱਥੇ ਬੈਠੇ ਸਿੱਖਾਂ ਦੇ ਘਰ ਤੇ ਮੁਸਲਮਾਨਾਂ ਦੇ ਘਰ ਇਕੱਠੇ ਬੈਠੇ ਸੀ ਉਹਨਾਂ ਦਾ ਸ਼ਾਦੀ ਵਿਆਹਾਂ ਤੇ ਆਪਸ ਆਉਣ ਜਾਣ ਹੈ ਸੀ ਕੋਈ ਵਿਆਹਾਂ ਤੇ ਬਿਲਾਲ ਕੇ ਜੰਗਾਂ ਚੜ੍ਹਨੀਆਂ ਕਹਿੰਦੇ ਸਰ ਵੀ ਇਹਨਾਂ ਛੱਡੂ ਕੋ ਭਰਾਵਾਂ ਦਾ ਨਹੀਂ ਅੱਜ ਮੈਂ ਤਾਂ ਉਸ ਬੱਚਾ ਇਹਨਾਂ ਛੱਡੂ ਦਾ ਜਿਹੜੀ ਗੱਲ ਹੋਣੀ ਬਹਿ ਕੇ ਜੇ ਸਿੱਖਾਂ ਦਾ ਰੌਲਾ ਹੈ ਤੇ ਉਹਨੇ ਮੁਸਲਮਾਨਾਂ ਨੂੰ ਸਾਡੇ ਗੇ 'ਚ ਫੈਸਲਾ ਕਰਨਾ ਤੇ ਜੇ ਮੁਸਲਮਾਨਾਂ ਦਾ ਰੌਲਾ ਆਖਣਾ ਨੰਬਰਦਾਰ ਨੂੰ ਬੁਲਾ ਦਿਓ ਏਰਾ ਸ਼ਾਹ ਨੂੰ ਬੁਲਾ ਦਿਓ ਫਤਿਹ ਜੰਗ ਨੂੰ ਬੁਲਾ ਦਿਓ ਉਹ ਸਾਰੀ ਪੰਚਾਇਤ ਰਲ ਕੇ ਤੇ ਉੱਥੇ ਬਹਿ ਕੇ ਫੈਸਲਾ ਕਰਨਾ ਵੀ ਆਪਾਂ ਲੜੀਏ ਨਾ ਆਪਾਂ ਰਲ ਕੇ ਬਹੀਏ ਠੀਕ ਹੈ ਹਾਂਜੀ ਹਾਂਜੀ ਉਹ ਧਰਤੀ ਐਸੇ ਸੀ ਵਾਹ ਜੀ ਵਾਹ ਤੇ ਬਾਬਾ ਜੀ ਦੱਸੋ ਵੀ ਆਪਣੇ ਜਿਹੜੇ ਮੁਸਲਮਾਨ ਸੀ ਇਹਨਾਂ 'ਚ ਉਸ ਵੇਲੇ ਸਿਰ ਕੱਢਵੇਂ ਬੰਦੇ ਕਿਹੜੇ ਕਿਹੜੇ ਸੀ ਮਸ਼ਹੂਰ ਮਸ਼ਹੂਰ ਉਹ ਦੱਸਣ ਪੁੱਛੇ ਸੀ ਕਿਹੜੇ ਬਣਦਾ ਵੀ ਬਾਹਰ ਦੇ ਦੱਸੇ ਸਾਰੇ ਠੇਕੇ ਸੀ ਠੇਕੇ ਤੇ ਨਾਲ ਦਾ ਬੱਕਰ ਪਾਸ ਕਰ ਛੱਡਦੇ ਸੀ ਭੱਟੀਆਂ 'ਚੋਂ ਵੱਡਾ ਬੰਦਾ ਕਿਹੜਾ ਸੀ ਤੁਹਾਡੀ ਬਰਾਦਰੀ 'ਚੋਂ ਸਾਡੀ ਬਰਾਦਰੀ ਦੇ ਵਿੱਚੋਂ ਸਾਡਾ ਦਾਦਾ ਜੁੰਮਾ ਫਿਰ ਹੈਗਾ ਜੁੰਮੇ ਦੇ ਤਿੰਨ ਪੁੱਤਰ ਹਾਂਜੀ ਅਰਾਈਆਂ 'ਚੋਂ ਕਿਹੜਾ ਸੀ ਕੋ ਸਿਰ ਕਢਵਾ ਅਰਾਈਆਂ ਦੇ ਵਿੱਚੋਂ ਸਭ ਗੱਲ ਮਾਰ ਫੱਤਾ ਸੀ ਤੇ ਵੱਟੂਆਂ 'ਚੋਂ ਵੱਟੂ ਸਾਡੇ ਪਿੰਡ 'ਚ ਕੋੜੀ ਸੀ ਅੱਛਾ ਅੱਛਾ ਨੰਬਰਦਾਰ ਕਿੱਥੋਂ ਦਾ ਬਣਿਆ ਸੀ ਫਿਰ ਬਾਅਦ 'ਚ ਉਹ ਜਿਹੜਾ ਨੰਬਰਦਾਰ ਜਿਹੜਾ ਦੋਸਤ ਨੂੰ ਬਣਿਆ ਸੀ ਤਾਂ ਉਹ ਇਸੇ ਨਵਾਬ ਦੇ ਚੱਕ ਦਾ ਬਣਿਆ ਸੀ ਅੱਛਾ ਹਾਂ ਠੀਕ ਹੈ ਉਹ ਸਭ ਤੁਹਾਡੇ ਪਿੰਡ ਦਾ ਰਕਬਾ ਨਹਿਰੀ ਸੀ ਜਾਂ ਬਰਾਨੀ ਸੀ ਛੇ ਮਹੀਨੇ ਪਾਣੀ ਆਮ ਅੱਛਾ 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 ਛੇ ਮਹੀਨੇ ਪਾਣੀ ਆਮ ਹੈ ਬਾਬਤਪੁਰ ਵਾਲੀ ਨਹਿਰ ਦਾ ਅੱਛਾ ਹਾਂਜੀ ਜੇ ਬੀਕਾਨੇਰ ਨੂੰ ਤਾਂ ਗਈ ਤੇ ਦੂਜੀ ਬਾਬਲਪੁਰ ਨੂੰ ਆ ਗਈ ਮਿਲਿਆ ਬਾਬਲਪੁਰ ਨੂੰ ਠੀਕ ਹੈ ਠੀਕ ਹੈ ਤੇ ਬਾਬਾ ਜੀ ਕਿੰਨੇ ਕੁ ਦਿਨ ਪਹਿਲੇ ਸੁਣ ਲਿਆ ਸੀ ਵੀ ਇੱਥੋਂ ਉੱਠ ਕੇ ਜਾਣਾ ਹੈ ਉੱਥੋਂ ਛੁੱਟਦੇ ਤਾਂ ਰਹੇ ਸਭ ਗੱਲ ਸਾਲ ਭਰ ਰੌਲਾ ਪੈਂਦਾ ਰਿਹਾ ਅੱਛਾ ਜੀ ਫਿਰ ਰੌਲਾ ਹੌਲੀ 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 ਫਿਰ ਨਹਿਰੂ ਜਵਾਹਰ ਲਾਲ ਨੇ ਆਖਿਆ ਕਿ ਮੁਸਲਮਾਨ ਅਰਬ ਨੂੰ ਜਾਣੇ ਮੁਸਲਮਾਨ ਨੇ ਬਾਬੇ ਕੈਜੇ ਆਜ਼ਮ ਨੇ ਆਖਿਆ ਸਾਡੇ ਬੜਕੇ ਵੀ ਹਿੰਦੂਆਂ ਤੋਂ ਮੁਸਲਮਾਨ ਹੋ ਗਏ ਤੇ ਅਸੀਂ ਤੁਹਾਡੇ ਕੋਲੋਂ ਹਿੱਸਾ ਲੈਣਾ ਉਹਨੇ ਆਖਿਆ ਫਿਰ ਵੋਟ ਪਵਾ ਲਓ ਫਿਰ ਉੱਧਰ ਯੂਨਸ ਹੋ ਗਈ ਉੱਧਰ ਮੁਸਲਿਮ ਲੀਗ ਹੋ ਗਈ ਹਾਂਜੀ ਠੀਕ ਹੈ ਮੁੜ ਸਾਲ ਭਰ ਤਾਂ ਵੋਟ ਹੀ ਪੈਂਦੇ ਰਹੇ ਸੀ ਅੱਛਾ ਹਾਂਜੀ ਅੱਛਾ ਤੁਹਾਡੇ ਇਲਾਕੇ 'ਚ ਇਫਤਖਾਰ ਮਮਦੋਟ ਖੜਾ ਸੀ ਸਾਡੇ ਇਲਾਕੇ 'ਚ ਨਵਾਬ ਮਮਦੋਟ ਖੜਾ ਇਫਤਖਾਰ ਠੀਕ ਹੈ ਉਹ ਲੱਖ ਘੁਮਾ ਦਾ ਮਾਰ ਕੇ ਸੀ ਹਾਂਜੀ ਠੀਕ ਹੈ ਤੇ ਬਾਬਾ ਜੀ ਫਿਰ ਜਦੋਂ ਘਰ ਛੱਡਣਾ ਪਿਆ ਹੈ ਪਿੰਡ ਛੱਡਣਾ ਪਿਆ ਹੈ ਇਹ ਕਿੰਨੇ ਕਰਸਾ ਪਹਿਲੇ ਪਤਾ ਲੱਗ ਗਿਆ ਸੀ ਵੀ ਪਿੰਡ ਛੱਡ ਕੇ ਹੁਣ ਇੱਥੋਂ ਜਾਣਾ ਉਹ ਫਿਰ ਜਿੱਥੇ ਜੱਟਾਂ ਦਾ ਜੋੜ ਸੀ ਨਾ ਉਹ ਸਮਝ ਲਓ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਗਰੀਬਾਂ ਦੇ ਕਬਸਤੀਆਂ ਨੇ ਕਿਸੇ ਦਾ ਦੁੱਧ ਕੱਟਿਆ ਹੋਣਾ ਜਨਾਨੀਆਂ ਦਾ ਕਿਸੇ ਦੀ ਬਾਂਹ ਕੱਟੀ ਹੋਣੀ ਅਸੀਂ ਅਮਨ ਨਾਲ ਬੈਠੇ ਅਤੇ ਉਹਨਾਂ ਨੇ ਆਖਣਾ ਤੁਸੀਂ ਵੀ ਅਮਨ ਨਾਲ ਬੈਠੇ ਜੇ ਸਾਡੇ ਤਾਂ ਆਹ ਹਾਲਤ ਨੇ ਉਹਨਾਂ ਨੇ ਦੁੱਧ ਕੱਟ ਦੇਣੇ ਜਨਾਨੀਆਂ ਦੇ ਛੇ ਮਹੀਨੇ ਅੱਗੇ ਕੰਮ ਚੱਲਿਆ ਰਿਹਾ ਅਸੀਂ ਤਾਂ ਫਿਰ ਉਦੋਂ ਉੱਠੇ ਜਾਂਦਾ ਜਦੋਂ ਸਰਪੰਚ ਗੱਲ ਵੀ ਤਿੰਨ ਪਿੰਡ ਸੀਗੇ ਜਿਹੜੇ ਸਾਡੇ ਗੁਆਂਢੀ ਉਹਨਾਂ ਨੇ ਸਾਡੇ ਵੱਲ ਨੇ ਬੰਦਾ ਕਰ ਦਿੱਤਾ ਵੀ ਅਸੀਂ ਗੱਡੇ ਜੋੜਦੇ ਪਏ ਅਤੇ ਸਮੈਲ ਲੱਭ ਕੇ ਲਿਆ ਜਾਓ ਅੱਛਾ ਹਾਂਜੀ ਇਹ ਸਾਡੇ ਤਿੰਨੋਂ ਪਿੰਡਾਂ ਦਾ ਕਾਫਲਾ ਸੀ ਅਸੀਂ ਦੂੜੀ ਵੇਖੇ ਇੱਕ ਜਗ੍ਹਾ 'ਤੇ ਵੇਖੇ ਨੇ ਤਿੰਨ ਚਾਰ ਮਾਧ ਮਰੇ ਪਏ ਦੇਖਦੇ ਉਹ ਵੇਖਿਆ ਉਸ ਵੇਲੇ ਸਾਡੀ ਫੌਜ ਆ ਗਈ
ਇਹਦੇ ਸਾਡੇ ਬਾਪ ਨੇ ਆਖਿਆ ਇੱਥੇ ਬਈ ਮਰਨਗੇ ਜਿਹੜੇ ਮਰੇ ਉਹ ਫਿਰ ਜਿਹੜਾ ਛੁਪਾਈ ਸੀ ਉਹਨੇ ਸਾਡੇ ਬਾਪ ਨੂੰ ਫੜ ਕੇ ਬਹੁ ਅਤੇ ਜਾ ਕੇ ਮੁਰਦ ਦੇ ਉੱਤੇ ਠੜਿਆ ਉਹਨੇ ਆਖਿਆ ਅਸੀਂ ਮਾਰੇ ਨੇ ਇਹ ਨੇ ਹਿੰਦੂ ਇਹ ਮੁਸਲਮਾਨਾਂ ਨੂੰ ਮਾਰਨ ਆਉਂਦੇ ਨੇ ਅਸੀਂ ਇਹ ਤਿੰਨ ਚਾਰ ਮਾਰੇ ਨੇ ਅਸੀਂ ਤੁਹਾਡੇ ਰਾਖੇ ਆਏ ਹਾਂ ਜਿਹਦੇ ਰਸੀ ਆ ਰਹੇ ਉਹਦੇ ਚਲੋ ਗੱਡੇ ਲੈ ਚਲੋ ਸਮਾਨ ਬਸ ਘਰ ਦੇ ਭਾਂਡੇ ਸੀ ਗੱਡਿਆਂ ਦੇ ਅਤੇ ਘਰ ਦੇ ਬਿਸੜੇ ਸੀ ਬਸ ਅਤੇ ਬਾਕੀ ਜਿਹੜਾ ਮਾਲ ਡਗਰ ਹੈਗਾ ਸੀ ਉਹ ਸੀ ਅਤੇ ਬਸ ਅਸੀਂ ਨਹੀਂ ਸਾਨੂੰ ਨਹੀਂ ਕਿਸੇ ਬੁਲਾਇਆ ਅਤੇ ਨਾ ਅਸੀਂ ਕਿਸੇ ਨੂੰ ਬੁਲਾਇਆ ਠੀਕ ਹੈ ਪੱਤਣ ਦੇ ਆ ਕੇ ਬੈਠੇ ਪਰੋਡੇ ਵਾਲੇ ਦੇ ਅਤੇ ਉੱਥੇ ਸਾਨੂੰ 6 ਰਾਤਾਂ ਅੱਗੇ 5 ਗੁਜ਼ਰ ਗਈਆਂ ਠੀਕ ਹੈ ਇੱਧਰੋਂ ਕੋਈ ਬੰਦਾ ਸੀ ਕੋਈ ਲੈਣ ਲਾਟ ਉਹਦੀ ਜੀਆ ਜਨ ਤੋਂ ਮਾਰੀ ਗਈ ਉੱਧਰ ਉਹ ਸਬਜ਼ੀ ਐਸ ਮਾਣੇ ਸੀ ਦਰਿਆ ਤੋਂ ਆਹ ਜਿਵੇਂ ਕਮੈਰ ਸਬਜ਼ੀ ਵੇਚਦੇ ਨੇ ਘੋੜਿਆਂ ਦੇ ਅੱਛਾ ਇਵੇਂ ਅਸਲੇ ਦੀ ਛੱਟੀ ਭਰੀ ਹੋਈ ਅੱਛਾ ਅਤੇ ਦਰਿਆ ਜੋ ਟਪਾ ਤਾ ਅੱਛਾ ਆ ਕੇ ਤਾਂ ਬੈਠੇ ਸੀ ਮੁਸਲਮਾਨ ਕੋਈ ਹਜ਼ਾਰਾਂ ਆ ਗੱਡਿਆਂ ਦੇ ਉਹਨੇ ਆ ਕੇ ਐਲਾਨ ਕਰ ਦਿੱਤਾ ਕਿ ਐਡ ਸੁਲੇਮਾਨ ਖੋਲ੍ਹੀ ਹੈ ਮੁਸਲਮਾਨਾਂ ਵਾਸਤੇ ਅਤੇ ਤੁਸੀਂ ਚਲੋ ਗੋਲੀਆਂ ਮੈਂ ਮਾਰਾਂਗਾ ਅਤੇ ਟੋਟੇ ਤੁਸੀਂ ਕਰਨੇ ਨੇ ਜਿਹੜਾ ਗਾਫਲਾ ਆਪਾਂ ਨੂੰ ਲੁੱਟੇਗਾ ਅੱਛਾ ਹਾਂਜੀ ਅੱਛਾ ਜੀ ਅੱਛਾ ਜੀ ਲਓ ਜੀ ਉਹ ਸਾਡੇ ਕੋਲੋਂ ਜਿਸ ਵੇਲੇ ਲੰਘਿਆ ਨਾ ਇੰਨਾ ਗਾਫਲਾ ਸੀ ਵੀ ਉਹ ਅੱਠਾਂ ਭਾਰਾ ਬਿਛੋੜ ਚ ਹੜ ਕੇ ਸਾਡੇ ਉਹ ਮੱਥੇ ਲੱਗਦਾ ਸੀ ਅੱਛਾ ਇੰਨਾ ਗਾਫਲਾ ਸੀ ਮੁਸਲਮਾਨਾਂ ਦਾ ਅਸੀਂ ਹਿੰਦੂ ਕੋ ਨਹੀਂ ਵੇਖਿਆ ਨਾ ਸਾਡਾ ਕੋਈ ਮਾਲ ਦਾ ਨਾ ਕਿਸੇ ਜੀ ਦਾ ਨਾ ਕਿਸੇ ਜਾਨਵਰ ਦਾ ਨੁਕਸਾਨ ਨਹੀਂ ਹੋਇਆ ਜਿਵੇਂ ਉੱਥੋਂ ਨਿਕਲੇ ਨੇ ਤਿੰਨੇ ਪਿੰਡ ਉਵੇਂ ਅਮਦਾਬਾਦ ਪਾਕਿਸਤਾਨ ਦੇ ਵਿੱਚ ਐਸਾ ਹੈਡ ਦੇ ਜਿਵੇਂ ਆਏ ਆ ਉਸਨੇ ਸਮਝ ਕਰ ਲਿਆ ਉਹਨਾਂ ਨੇ ਆਖਿਆ ਆਹ ਵੱਡੀ ਨਾਲ ਚੱਲਦੀ ਪਈ ਬੰਦ ਅਤੇ ਵੱਡੀ ਪਾਗ ਪੜਨ ਖਾਲੀ ਜੇ ਸਿੱਧਾ ਜਾਓ ਇਸ ਵੱਡੀ ਨਾਲ ਸਾਡੇ ਗੱਡੇ ਲੱਗ ਗਏ ਅਤੇ ਅਸੀਂ ਅੱਧ ਪਾਕਿਸਤਾਨ ਜਾ ਗਿਆ ਅਮਦਾਬਾਦ ਠੀਕ ਹੈ ਜੀ ਵੀ ਜੇ ਮਾਲ ਵੀ ਅੱਛਾ ਹਾਂਜੀ ਮਾਲ ਡੰਗਰ ਵੀ ਲੈ ਆਉਂਦਾ ਮਾਲ ਡੰਗਰ ਵੀ ਲੈ ਆਉਂਦਾ ਵਾਹ ਸਾਡੇ ਕੋਲੇ 40 ਪਸ਼ੂ ਮੈਂ ਸੀ ਅੱਛਾ ਵਾਹ ਜੀ ਵਾਹ ਹਾਂਜੀ ਵਾਹ ਜੀ ਅਮਦਾਬਾਦ ਆਇਆ ਠੀਕ ਹੈ ਜੀ ਵੀ ਅਮਦਾਬਾਦ ਆਏ ਨੇ ਸਾਡੇ ਤੇ ਰੱਬ ਦਾ ਧਿਆਨ ਸੀ ਅੱਛਾ ਫੌਜ ਆ ਗਈ ਸੀ ਤੁਹਾਡੀ ਮਦਦ ਕਰਨ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਕਿਆ ਬਾਤ ਬਹੁਤ ਅੱਛੇ ਤੇ ਬਾਬਾ ਜੀ ਇਹ ਦੱਸੋ ਜਿਸ ਵੇਲੇ ਤੁਸੀਂ ਪਿੰਡ ਛੱਡਿਆ ਉਸ ਵੇਲੇ ਜਿਹੜੇ ਪਿੰਡ ਦੇ ਸਿੱਖ ਸੀ ਉਹ ਨੰਬਰਦਾਰਾਂ ਦੇ ਘਰ ਤੇ ਬਾਕੀ ਸਿੱਖ ਉਹ ਹੈ ਸਨ ਪਿੰਡ ਚ ਉਹ ਮੁਸਲਮਾਨ ਗਏ ਤੇ ਬਾਕੀ ਰਹਿ ਗਏ ਜੱਟ ਉਹ ਬਾਲਾ ਜਿਹੜੇ ਬਾਤੇ ਵੀ ਕੀ ਲੁੱਟਦੇ ਨੇ ਰਹਿਣ ਕੀ ਨਹੀਂ ਕਰਦੇ ਨੇ ਨਹੀਂ ਜਿਸ ਵੇਲੇ ਤੁਸੀਂ ਪਿੰਡ ਛੱਡਿਆ ਉਸ ਵੇਲੇ ਸਿੱਖ ਬੈਠੇ ਸੀ ਉੱਥੇ ਨਾ ਸਾਡੇ ਬਟਕਿਆਂ ਦਾ ਸੱਜਣ ਸੀ ਇੱਕ ਫਿਰੋਜ਼ਪੁਰ ਕਨਰਕ ਦਫ਼ਤਰ ਦੇ ਵਿੱਚ ਅੱਛਾ ਜੀ ਪਿਛਲੇ ਗੜਬੜ ਹੋਈ ਇਹਦਾ ਉਸ ਵੇਲੇ ਉਹ ਛੋੜ ਆਇਆ ਸਾਡੇ ਬਾਪ ਕੋਲ ਉਹਨੇ ਆਖਿਆ ਬਾਬਾ ਨਹੀਂ ਰਿਹਾ ਜੀ ਉਹਨੇ ਆਖਿਆ ਹੁਣ ਤੁਹਾਡੀ ਇਹ ਦੁਸ਼ਮਣੀ ਜੱਟਾਂ ਨਾਲ ਅੱਛਾ ਤੇ ਸਾਡੇ ਛੋੜਾਂ ਨੇ ਇੱਕ ਦੋ ਜੱਟੀਆਂ ਢਾਈਆਂ ਸੀ ਅਤੇ ਤੁਹਾਡੀ ਇਹ ਦੁਸ਼ਮਣੀ ਜੱਟਾਂ ਨਾਲ ਅਤੇ ਤੁਸੀਂ ਮੈਂ ਤੁਹਾਡੇ ਬੰਦੇ ਵੀ ਕਰਨਾ ਨਾ ਗਰਨੇਡ ਜਿਸਨੇ ਵੇਖੋ ਨਾ ਵੀ ਜੱਟ ਉਹਨਾਂ ਪਤਾ ਕਰਦੇ ਨੇ ਇੱਕ ਛੱਡਦੇ ਆ ਜੇ ਅਤੇ ਉਹਨੇ ਕਿਹਾ ਰਹਿਣਾ ਮਕਾਨ ਵੀ ਨਹੀਂ ਅੱਛਾ ਉਹਦਾ ਸੁਨੇਹਾ ਦੇ ਗਿਆ ਇਹ ਅਤੇ ਜੱਟ ਜਿਹੜੇ ਜੱਟ ਸਾਰੇ ਇਕੱਠੇ ਹੋ ਗਏ ਉਹਨੇ ਆਖਿਆ ਉਹਨਾਂ ਨੂੰ ਦੇ ਗਏ ਨੇ ਭੱਟੀਆਂ ਨੂੰ ਆਹ ਅਸਲਾ ਦੇ ਗਏ ਨੇ ਉਹ ਜੱਟ ਤਿੰਨ ਮਹੀਨੇ ਪਿੰਡ 'ਚ
ਵਿਹਲਾ ਕਰ ਗਿਆ ਸੀ ਅੱਗੇ ਹੀ, ਉਹਨਾਂ ਦਾ ਜਾਨਵਰ ਵੀ ਕੋਈ ਸੀ, ਅਸੀਂ ਉਜੜੇ, ਅਸੀਂ ਉੱਥੋਂ ਪਿੰਡ ਖਾਲੀ ਕੀਤਾ ਅਤੇ ਉਹ ਜੱਟ ਆ ਕੇ ਬੈਠੇ ਨੇ। ਅੱਛਾ, ਉਹ ਪਹਿਲਾਂ ਪਹਿਲਾਂ ਚ ਨੱਸ ਗਿਆ, ਚਾਰ ਦਾ ਘਰ ਸੀ ਜਦੋਂ ਗੜਬੜ ਸ਼ੁਰੂ ਹੋਈ ਹੈ। ਅੱਛਾ, ਥੋੜ੍ਹਾ ਡਰ ਦੇ ਉਹ ਨਿਕਲ ਗਏ। ਹਾਂ ਬਸ ਉਹ ਨਿਕਲ ਗਏ, ਸਾਡੇ ਤੇ ਬੜਾ ਰੱਬ ਦਾ ਧਿਆਨ ਰਿਹਾ, ਦੁਸ਼ਮਣ ਜੀ ਨੱਸ ਗਿਆ। ਹੋਰ ਫਿਰ ਇਹਨੂੰ ਤੇ ਫਿਰ ਹੋਰ ਰੱਬ ਦੇ ਸਾਹਿਬ ਠੀਕ ਹੈ। ਤੇ ਬਾਬਾ ਜੀ ਆਟਾ ਦਾਣਾ ਮਾਲ ਡੰਗਰ ਹਰ ਸ਼ੈ ਤੁਸੀਂ ਆਪਣੀ ਨਾਲ ਲੈ ਕੇ ਆ? ਮੈਂ ਦੇਣ ਵਾਲਾ ਜੀ, ਹਰ ਇੱਕ ਚੀਜ਼ ਆਈ ਹੈ, ਜੋ ਜਿਹੜੀ ਘਰੋਂ ਚੁੱਕ ਲਈ ਹੈ ਨਾ, ਉਹ ਆਉਂਦੇ ਮੈਂ ਮਾਲ ਵੀ, ਬੰਦੇ ਵੀ, ਜੀਵ ਵੀ, ਬਿਲਕੁਲ ਬਸ ਉਹ ਇੱਕ ਜਗ੍ਹਾ ਵੇਖੇ ਨੇ ਮਰੇ ਪਏ, ਤਿੰਨ ਚਾਰ ਮਾਤਮ 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 ਜਿਹੜੇ ਮੁਸਲਮਾਨ ਨੂੰ ਲੁੱਟਣ ਆਏ ਸੀ। ਹਾਂ, ਇਹ ਮਾਤਮ ਤੁਹਾਡੇ ਇਲਾਕੇ 'ਚ ਕਾਫੀ ਬੈਠੇ ਸੀ? ਉਹ ਇਹਦੇ ਵੀ ਫਿਰਦੇ ਸੀ ਨਵੇਂ ਬੰਦੇ। ਅੱਛਾ, ਠੀਕ ਹੈ। ਤੇ ਬਾਬਾ ਜੀ ਫਿਰ ਕਦੇ ਆਪਣਾ ਪਿੰਡ ਯਾਦ ਆਇਆ ਪਿਛਲਾ? ਦੱਸੋ ਯਾਦ ਮੈਨੂੰ ਹੁਣ ਕੀ ਕਹਿ ਰਹੇ ਨੇ, ਕਦੇ ਜੇ ਢੋਲ ਲੱਗੇ ਤਾਂ ਜਾਓਗੇ ਵੇਖਣ ਆਪਣਾ ਪਿੰਡ? ਨਾ ਤੋਂ ਵੱਖੋ ਬਸ ਗਿਆ ਮੁੱਕ ਗਈ। ਹਾਂ, ਉਹ ਜਿਹੜੀ ਸਮਝ ਗਿਆ, ਕੋਈ ਚਾਰ ਕਮਾਂ ਹੈਗੀ ਸੀ ਉੱਧਰ, ਉਹ ਤਾਂ ਸਾਡੇ ਆਵਣ ਤੋਂ ਪਹਿਲਾਂ ਸਮਝ ਦਾ ਨੰਬਰ ਇੱਥੇ ਆ ਗਿਆ। ਇੱਥੇ ਫਿਰ ਆਰਡਰ ਮਿਲਿਆ ਵੀ ਆਪੋ ਆਪਦੀ ਅਮਲ ਕੀਤਾ ਅਤੇ ਨੰਬਰ ਦਿਓ। ਫਿਰ ਨੰਬਰ ਦਿੱਤੇ, ਫਿਰ ਨੰਬਰ ਫਿਰ ਉਵੇਂ ਰੱਖਦੇ ਆਏ। ਉਹੀ ਪੈ ਦੇ ਜਿਹੜੇ ਉੱਥੇ ਹਿੰਦੁਸਤਾਨ 'ਚ ਵੀ ਫਟਕਿਆਂ ਦੇ ਕਿਸੇ ਜ਼ਮਾਨੇ 'ਚ ਬਣੇ ਸੀ, ਉਹ ਸੰਬੰਧ ਅੱਜ ਹੁਣ 26-27 ਨਸਦੇ। ਹਾਂ ਠੀਕ ਹੈ, ਜਿੱਥੋਂ ਮੁੜ ਚੱਲਦਾ ਨਾ ਛਕਦੇ 'ਚ 27 ਤੋਂ 8 ਨਸਲ ਤਾਂ ਭਾਵੇਂ ਹੋ ਗਈ ਹੋਵੇ। ਬਿਲਕੁਲ ਇਵੇਂ ਹੀ ਹੈ, ਬਿਲਕੁਲ ਇਵੇਂ ਹੀ ਹੈ। ਉਹ ਅਜੇ ਵੀ ਸੰਬੰਧ ਔਲਾਦ ਖਾਂਦੀ ਪਈ। ਬਿਲਕੁਲ ਇਹ ਜਿਹੜਾ ਤੁਹਾਡਾ ਪਿੰਡ ਸੀ ਕੁੰਡਿਆਂ ਵਾਲੀ ਉਹ ਤਾਂ ਸੀ ਨਾ ਠੇਕੇ ਦੇ, ਤੇ ਜਿਹੜੀ ਸੀ ਨਾ ਮਲਕੀਅਤ ਉਹ ਸੀ ਫਿਰੋਜ਼ਪੁਰ ਤੋਂ ਲਹਿੰਦੇ ਵਾਲੇ ਬਣੇ, ਜਿਵੇਂ ਇੱਥੋਂ ਸਾਨੂੰ ਪੀਰ ਕਰ ਗਿਆ ਨੇ। ਠੀਕ ਹੈ ਉਹ ਫਿਰੋਜ਼ਪੁਰ ਤੋਂ ਇਹਨੇ ਲਹਿੰਦੇ ਵਾਲੇ ਬਣੇ ਸੀ, ਜਿਹੜਾ ਹੈਦਰਾਬਾਦ ਜਦੋਂ ਹੈਡ ਨਾਰਾ ਛੁੱਟ ਗਿਆ ਸੀ ਨਾ, ਤੇ ਸਾਡੇ ਪਿੰਡ 'ਚ ਪਾਣੀ ਦਾ ਆਵਾਜ਼ ਆਉਂਦਾ ਸੀ, ਆਹ ਗੱਡਾ ਸਿੰਘ ਵਾਲਾ ਹੈ। ਅੱਛਾ, ਹਾਂਜੀ, ਅਸੀਂ ਤਾਂ ਫਿਰੋਜ਼ਪੁਰ ਦੇ ਨਾਲ ਬੈਠੇ ਸਨ। ਬਿਲਕੁਲ ਠੀਕ ਹੈ। ਹਾਂ, ਉੱਥੇ ਤੁਹਾਡੀ ਮਲਕੀਤੀ ਜ਼ਮੀਨ ਕੋਈ ਸੀ ਜਿੱਥੇ ਤੁਸੀਂ ਬੈਠੇ ਸੀ? ਨਹੀਂ, ਇਹ ਤਾਂ ਫਿਰ ਨਵਾਬ ਦੀ ਉਹ ਜ਼ਮੀਨ ਸੀ ਥੋੜ੍ਹੀ, ਉਹ ਸੀ 21 ਕਿੱਲੇ ਤੇ 3 ਭਰਾ ਤੇ ਕੀ ਆਇਆ 7 ਕਿੱਲੇ ਹੈ, 7 ਕਿੱਲੇ ਇੱਕ ਨੂੰ ਸੱਚ ਦਿਆ ਗਾ। ਫਿਰ ਉਹਨਾਂ ਦੀ ਔਲਾਦ ਵੀ ਹੋਈ ਕਨਾਲਾਂ 'ਚ ਆ ਗਈ ਗੱਲ। ਇਹਦੇ ਜਿਵੇਂ ਹੁਣ ਕਨਾਲਾਂ 'ਚ ਆ ਗਈ ਜੇ, ਬਿਲਕੁਲ ਇਹਦੇ ਉਦੋਂ ਆ ਗਈ। ਫਿਰ ਸਾਡੇ ਦਾਦੇ ਨੇ ਦਰਖਾਸਤ ਦੇ ਦਿੱਤੀ, ਉਹ ਸਾਨੂੰ ਮਿਲ ਗਈ 3 ਰੁਪਈਏ ਕਿੱਲਾ ਠੇਕਾ, 60 ਕਿੱਲਾ। ਠੀਕ ਹੈ ਹਾਂਜੀ। ਇਸ ਪਿੰਡ ਫਿਰ ਹੁਣੇ 500 ਮਣ 700 ਮਣ 500 ਮਣ 700 ਮਣ ਦਾਣਾ ਆਉਣਾ। ਠੀਕ ਹੈ ਹਾਂਜੀ। ਮੇਰਾ ਨਹੀਂ ਆ, ਫਿਰ ਉਹਨੂੰ ਆਖਿਆ ਨਵਾਬ ਨੂੰ ਖੂਹ ਲਵਾ ਕੇ ਦੇ, ਫਿਰ ਨਵਾਬ ਨੇ ਪੱਲਿਓ ਖੂਹ ਲਵਾ ਕੇ ਦਿੱਤਾ। ਰਾਗਾਂ ਦੀ ਮਾਰ ਹੁੰਦੀ ਸੀ, ਬਾਕੀ ਇੱਟਾਂ ਬੱਟੇ ਮਿਸਤਰੀਆਂ ਦਾ, ਚਕਲੀਆਂ ਚੱਕਲ ਬੈਲ ਲੱਟ ਸਾਰਾ ਕੁਛ ਮਾਲਕ ਦਾ। ਠੀਕ ਹੈ ਹਾਂਜੀ। ਉਹ ਅਸੀਂ ਉੱਥੇ ਸਾਡੇ ਬੱਟਕਿਆਂ ਦੇ ਐਸ਼ਾਂ ਕੀਤੀਆਂ ਨੇ। ਹਾਂਜੀ ਠੀਕ ਹੈ। ਉਹ ਵਕਤ ਨਹੀਂ ਬਣਦਾ, ਹੁਣ ਤਾਂ ਲੁੱਟਾਂ ਪਈਆਂ। ਜਦੋਂ ਤੁਸੀਂ ਇੱਥੇ ਆਏ ਹੋ ਇਸ ਪਿੰਡ ਵਿੱਚ, ਇੱਥੇ ਤੁਹਾਨੂੰ ਘਰ ਮਿਲ ਗਿਆ ਸੀ? ਨਹੀਂ ਜੀ, ਇੱਥੇ ਸਾਨੂੰ ਮਕਾਨ ਨਹੀਂ ਮਿਲਿਆ, ਇੱਥੇ ਸਾਨੂੰ ਬਸ ਰਕਬਾ ਸਮਝ ਗਿਆ, ਇੱਥੇ ਸਾਡਾ ਪਿਆ ਹੈ ਅਤੇ ਉੱਥੇ ਨਵੀਆਂ ਚੰਗੀਆਂ ਢਾਰੀਆਂ ਹੈਗੀਆਂ ਸੀ, ਇਹ ਸਾਰਾ ਕੁਛ ਅਸੀਂ ਆਪ ਹੱਥੀ ਕੀਤਾ।
ਉਹ ਦਿਨ ਕਿਵੇਂ ਗੁਜ਼ਾਰੇ ਫਿਰ ਇੱਥੇ ਘਰ ਕੋਈ ਨਹੀਂ ਸੀ ਜਦੋਂ ਇੱਥੇ ਘਰ ਨਹੀਂ ਲੱਭਿਆ ਇੱਥੇ ਉਹ ਜਿਹੜੇ ਅੱਗੇ ਕਰਾੜਾ ਦੇ ਰਾਹ ਰਕਬਾ ਖਾਂ ਦੇ ਸੀ ਉਹ ਮਾਲ ਡੰਗਰ ਉਹਨਾਂ ਦੇ ਕੋਲ ਹੈਗਾ ਸੀ ਖੂਹ ਸਾੜੇ ਆ ਬਾਅਦ ਜੀ ਕਰਾੜਾ ਦੇ ਠੀਕ ਹੈ ਹਾਂਜੀ ਉਹਨਾਂ ਦੇ ਕੋਲ ਬੜਾ ਸੀ ਆ ਕੇ ਸਾਨੂੰ ਲੱਭ ਗਏ ਝਾੜੀਆਂ ਵੀ ਅਤੇ ਮੁੜ ਹੌਲੀ ਹੌਲੀ ਜਿਵੇਂ ਜਿਵੇਂ ਪੁੱਜੇ ਆਏ ਉਵੇਂ ਉਵੇਂ ਖੋਲੇ ਪਾਉਂਦੇ ਆ ਠੀਕ ਹੈ ਠੀਕ ਹਾਂਜੀ ਹਾਂ ਠੀਕ ਹੈ ਹਾਂ ਜਦੋਂ ਚੌਧਰੀ ਰੱਬ ਦਾ ਧਿਆਨ ਹੋਵੇ ਨਾ ਜਵਾਨ ਖਾਂ ਪਠਾਨ ਸੀ ਇੱਥੇ ਠੀਕ ਹੈ ਉਹ ਵੀ ਲੈਣਦਾਰ ਸੀ ਫਿਰ ਬਾਬੇ ਫਰੀਦ ਦਾ ਗਿੱਧੀ ਨਸ਼ੀਨ ਸੀ ਉਹ ਵੀ ਬਣਾ ਬੰਦਾ ਸੀ ਉਹਨੇ ਵੀ ਨਹੀਂ ਤੰਗ ਕੀਤਾ ਜਦੋਂ ਰੱਬ ਦਾ ਧਿਆਨ ਹੋਵੇ ਤਾਂ ਬਿਲਕੁਲ ਠੀਕ ਹਾਂਜੀ ਠੀਕ ਹੈ ਜੀ ਹਾਂ ਠੀਕ ਉਹ ਜ਼ਮਾਨ ਖਾਂ ਪਠਾਨ ਪਿੱਛੋਂ ਆਇਆ ਸੀ ਜਾਂ ਇੱਥੇ ਪਹਿਲੇ ਰਹਿੰਦਾ ਸੀ ਨਹੀਂ ਉਹ ਪਹਿਲੋਂ ਦਾ ਇੱਥੇ ਰਹਿੰਦਾ ਠੀਕ ਹੈ ਜੀ ਠੀਕ ਹੈ ਉਹ ਜੀ ਧਰਤੀ ਬੜੀ ਸੀ ਠੀਕ ਹੈ ਸਲੂਕ ਵਾਲੀ ਅੱਛਾ ਜੀ ਉਹ ਧਰਤੀ ਸਲੂਕ ਵਾਲੀ ਸੀ ਇਹ ਜਿਹੜੀ ਜ਼ਮੀਨ ਹੈ ਜ਼ਮੀਨ ਉੱਤੇ ਰੇਲਾਂ ਪੈਂਦੀਆਂ ਨੇ ਅੱਛਾ ਇਹਦੇ ਪਾਣੀ ਲੱਗਦਾ ਤੇ ਆਲਵਾ ਦੇ ਨੇ ਇੱਟਾਂ ਉੱਠਦੀਆਂ ਨੇ ਜਿਹੜੀਆਂ ਸਾਡੇ ਬੜੀਏ ਬਾਅਦ ਇਹਦੇ ਨੇ ਉਹਨੂੰ ਨਾ ਤਰੇੜ ਪਵੇ ਨਾ ਉਹ ਫਸਲ ਚੁੱਕੇ ਬੀਜ ਕੇ ਤੇ ਘਰੇ ਆ ਕੇ ਬਹਿ ਲੈਣਾ ਜੇ ਸਾਡੇ ਚੜ੍ਹਨਾ ਚੇਤਰ ਜਾਂ ਫੱਗਣ ਹਾਂ ਮੀਆਂ ਬਾਈ ਨੂੰ ਫੇਰਾ ਮਾਰ ਕੇ ਆਖਣਾ ਬੰਦੇ ਬਿਆਹ ਸਰੋਂ ਤਿਆਰ ਹੋਈ ਖੜੀ ਹੈ ਚਲੋ ਲੈ ਕੇ ਪੱਟ ਕੇ ਤੇ ਲੈ ਕੇ ਮਾਰ ਨੂੰ ਪਾਈਏ ਅੱਛਾ ਜਿਹੜੇ ਕਣਕਾਂ ਵੱਢਣੀਆਂ ਉਸਦੇ ਨਾਲ ਇਹਨਾਂ ਰੇਤਾ ਆਪਣਾ ਜਿਹੜੇ ਬੂਟੇ ਦੇ ਵਿੱਚ ਕੋਈ ਜਾਨ ਹੁੰਦੀ ਸੀ ਨਾੜ ਦੇ ਵਿੱਚ ਨਾਲ ਇਹਨਾਂ ਰੇਤਾ ਆਪਣਾ ਠੰਡਾ ਸੀ ਹਾਂਜੀ ਠੀਕ ਹੈ ਅਸੀਂ ਉਸ ਧਰਤੀ 'ਚ ਰਹੇ ਹਾਂ ਉਹ ਧਰਤੀ ਬੜੀ ਸਲੋਕ ਵਾਲੀ